ਬਿਸਮਿਲ੍ਲਾਹਿ ਰਹਿਮਾਨ ਰਹੀਮ। ਲਓ ਜੀ ਮਿੱਤਰੋ, ਆ ਗਿਆ ਫਿਰ ਚਾਚਾ ਕਰਮੂ ਇੱਕ ਬਹੁਤ ਹੀ ਸੀਰੀਅਸ ਇਸ਼ੂ ਲੈ ਕੇ ਤੁਹਾਡੇ ਕੋਲ। ਇਸ਼ੂ ਹੈਗਾ ਜਨਾਬ ਫਰੀਡਮ ਆਫ ਸਪੀਚ, ਬੋਲਣ ਦੀ ਆਜ਼ਾਦੀ, ਜਿਹਨੂੰ ਕਿ ਸਾਰੀ ਦੁਨੀਆ 'ਚ ਬੋਲਣ ਦੀ ਆਜ਼ਾਦੀ ਔਰ ਸਾਡੇ ਪਿਆਰੇ ਮੁਲਕ ਪਾਕਿਸਤਾਨ ਦੇ ਵਿੱਚ ਭੌਂਕਣ ਦੀ ਆਜ਼ਾਦੀ ਕਿਹਾ ਜਾਂਦਾ ਹੈ। ਸਾਡੇ ਬਹੁਤ ਹੀ ਸੀਨੀਅਰ ਜਨਾਬ ਮੋਹਤਰਮ ਆਪਣੀ ਵੱਲੋਂ ਐਂਕਰ ਅਤੇ ਬਹੁਤ ਹੀ ਦੁਨੀਆ ਜਹਾਨ ਦੇ ਸਭ ਤੋਂ ਵੱਡੇ ਐਂਕਰ ਮੋਹਤਰਮ ਜਨਾਬ ਲਿਫਾਫੀ ਹਾਮਦ ਮੀਰ ਸਾਹਿਬ ਨੇ ਜਨਾਬ ਅੱਜ ਇੱਕ ਉਹਨਾਂ ਦੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹਨਾਂ ਨੇ ਇੱਕ ਬਹੁਤ ਵੱਡੀ ਜੀ ਬਕ ਬਕਵਾਸ ਕੀਤੀ ਹੈ ਜਨਾਬੇ ਵਾਲੀ। ਨਾਜ਼ਰੀਨ, ਪਹਿਲੇ ਤਾਂ ਤੁਸੀਂ ਸੁਣੋ ਵੀ ਉਸ ਭਾਈ ਨੇ ਕਿਹਾ ਕੀ ਹੈ, ਬਹਿਸ ਫਿਰ ਉੱਤੇ ਆਪਾਂ ਬਾਅਦ 'ਚ ਕਰ ਲੈਂਦੇ ਹਾਂ, ਪਰ ਪਹਿਲੇ ਸੁਣੋ, ਪਹਿਲੇ ਜ਼ਰਾ ਉਹਦੀ ਗੱਲ ਦਾ ਚਸਕਾ ਜਿਹਾ ਲਓ, ਦਾ ਸੁਣਿਓ ਜ਼ਰਾ ਭਾਈ ਨੇ ਕੀ ਫਰਮਾਇਆ ਜਾਂ ਭੰਕਿਆ, ਸੁਣਿਓ ਜ਼ਰਾ। ਤੋ ਅਬ ਹਮੇ ਜੋ ਹੈ ਨਾ ਇੱਕ ਲਾਊਡ ਮੈਸੇਜ ਦੇਣੇ ਕੀ ਜ਼ਰੂਰਤ ਹੈ, ਮੁਝੇ ਆਜ਼ਾਦੀ ਮਿਲੇਗੀ ਤੋ ਮੈਂ ਤੁਹਾਰੇ ਚਿਹਰੋ ਕੇ ਨਕਾਬ ਨੋਚੂੰਗਾ। ਤੋ ਅਗਰ ਤੁਮ ਇਤਨੇ ਬਹਾਦਰ ਹੋ ਤੋ ਘਰ ਮੇ ਘੁਸ ਕੇ ਮਾਰਤੇ ਹੋ ਜਿਸਮੇ ਉਸਕੀ ਮਦਦ ਕੇ ਲੀਏ ਸਿਵਾਏ ਉਸਕੇ ਤੋਤੇ ਕੇ ਔਰ ਕੋਈ ਵੀ ਨਹੀਂ ਥਾ, ਤੋ ਇਤਨੇ ਮਰਦ ਕੇ ਬੱਚੇ ਹੋ, ਇਤਨੇ ਬਹਾਦਰ ਹੋ, ਤੋ ਸੀਨਾ ਤਾਨ ਕੇ ਕਹੋ ਨਾ ਹਾਂ ਜੀ ਮੈਂ ਇਸਕੇ ਘਰ ਮੇ ਗੁੱਸਾ ਹੂੰ, ਲੇਕਿਨ ਤੁਮ ਇਤਨੇ ਬੁਜ਼ਦਿਲ ਹੋ, ਇਤਨੇ ਬੇਗੈਰਤ ਹੋ ਕਿ ਤੁਮ ਯੇ ਤੋ ਨਹੀਂ ਮਾਨ ਰਹੇ ਕਿ ਮੈਂ ਇਨਕੇ ਘਰ ਮੇ ਗੁੱਸਾ ਥਾ, ਤੁਮ ਕਹਤੇ ਹੋ ਉਹ ਹੋ ਨਹੀਂ ਕੋਈ ਲੜਕੀ ਕਾ ਭਾਈ ਥਾ ਜਿਸਨੇ ਮਾਰਾ ਹੈ, ਤੋ ਕਿਉਂਕਿ ਇੱਕ ਬਹੁਤ ਬੇਗੈਰਤ ਔਰ ਬੁਜ਼ਦਿਲ ਦੁਸ਼ਮਨ ਸੇ ਵਾਸਤਾ ਪੜਾ ਹੈ, ਤੋ ਇਸ ਲਈ ਵੋ ਸਮਝਦਾ ਕਿ ਮੈਂ ਮੇਰਾ ਪਤਾ ਨਹੀਂ ਚਲੇਗਾ, ਮੈਂ ਨਾ ਮਾਲੂਮ ਹੂੰ, ਤੁਮ ਕੋਈ ਨਾ ਮਾਲੂਮ ਨਹੀਂ ਹੋ, ਭਾਈ ਕਾ ਨਹੀਂ ਪਤਾ, ਮੁਝੇ ਲੜਕੀ ਕੀ ਮਾਂ ਕਾ ਪਤਾ, ਉਸਕਾ ਨਾਮ ਜਨਰਲ ਰਾਣੀ, ਲੜਕੀ ਕੀ ਮਾਂ ਕਾ ਨਾਮ ਹੈ ਜਨਰਲ ਰਾਣੀ, ਜਿਸਕਾ ਡਾਇਰੈਕਟ ਤਾਲੁਕ ਹੋਤਾ ਹੈ ਚੀਫ ਆਫ ਦੀ ਆਰਮੀ ਸਟਾਫ ਕੇ ਸਾਥ, ਯੇ ਵੀ ਇੱਕ ਝਲਕੀ ਆਪਕੋ ਬਤਾ ਦੀ ਹੈ ਕਿ ਔਰ ਵੀ ਜਨਰਲ ਰਾਣੀ ਹੈ ਉਨਕਾ ਵੀ ਨਾਮ ਬਤਾਏਂਗੇ। ਪੋਲੀਟੀਕਲ ਅਸਾਇਲਮ ਤੋ ਤੁਹਾਰੇ ਬਾਪ ਪਰਵੇਜ਼ ਮੁਸ਼ਰਫ ਨੇ ਲਿਆ, ਜੋ ਚੂਹੇ ਕੀ ਤਰ੍ਹਾਂ ਇਸ ਮੁਲਕ ਕੋ ਛੋੜ ਕੇ ਭਾਗ ਗਿਆ, ਤੁਮਨੇ ਇਸਸੇ ਨਾਰਾ ਲਗਵਾਇਆ ਇਜ਼ਰਾਇਲ ਮੁਰਦਾਬਾਦ, ਇਸ ਲਈ ਕਿ ਤੁਹਾਰੀ ਦਾੜੀ ਮੇ ਤਿਨਕਾ ਹੈ, ਤੁਮ ਚੋਰ ਹੋ, ਮਾਰਤੇ ਹੋ। ਫਿਰ ਤੁਹਾਰਾ ਇੱਕ ਔਰ ਵੀ ਪ੍ਰੋਬਲਮ ਹੈ, ਤੁਮ ਕਹਤੇ ਹੋ ਜੀ ਹਮਾਰੇ ਟੈਂਕੋ ਕੋ ਜੰਗ ਲੱਗ ਗਿਆ, ਹਮ ਲੜ ਨਹੀਂ ਸਕਤੇ, ਇੰਡੀਆ ਸੇ ਦੋਸਤੀ ਕਰ ਲੋ, ਕਿਉਂਕਿ ਆਪਕੇ ਬਾਪ ਦਾਦਾ ਅਯੂਬ ਖਾਨ ਹੈ ਫਾਤਮਾ ਜਨਾਬ ਕੋ ਗਦਾਰ ਕਹਾ ਥਾ ਕਿ ਅਬ ਅਗਰ ਆਪ ਹਮਾਰੇ ਘਰ ਮੇ ਘੁਸ ਕੇ ਮਾਰੇਂਗੇ ਨਾ ਹਮੇ, ਤੋ ਹਮ ਆਪਕੇ ਘਰ ਮੇ ਤੋ ਨਹੀਂ ਘੁਸ ਸਕਤੇ, ਆਪਕੇ ਪਾਸ ਟੈਂਕੇ ਔਰ ਬੰਦੂਕੇ ਹੈ, ਲੇਕਿਨ ਹਮ ਆਪਕੇ ਘਰ ਕੀ ਅੰਦਰ ਕੀ ਬਾਤੇਂ ਆਪਕੋ ਬਤਾਏਂਗੇ ਔਰ ਯੇ ਵੀ ਬਤਾਏਂਗੇ ਕਿ ਕਿਸ ਕੀ ਬੀਵੀ ਨੇ ਕਿਸ ਕੋ ਕਿਉਂ ਗੋਲੀ ਮਾਰੀ ਔਰ ਉਸਕੇ ਪੀਛੇ ਕੌਣ ਜਨਰਲ ਰਾਣੀ ਥੀ, ਸਮਝ ਆ ਗਈ ਹੈ ਨਾ ਮੈਂ ਕਿਆ ਕਹਿ ਰਹਾ ਹੂੰ। ਅਬ ਅਗਰ ਆਇੰਦਾ ਕਿਸੀ ਸਾਹਬੀ ਕੇ ਘਰ ਮੇ ਘੁਸ ਕੇ ਤੁਮਨੇ ਉਸ ਪਰ ਤਸ਼ੱਦਦ ਕੀਆ, ਹਮ ਬਤਾਏਂਗੇ ਕਿ ਤੁਮੇ ਤੁਹਾਰੀ ਬੀਵੀ ਨੇ ਗੋਲੀ ਕਿਉਂ ਮਾਰੀ, ਬਸ ਇਤਨਾ ਹੀ ਬਤਾਨਾ ਥਾ। ਨਾ ਯਾਰ, ਬੰਦਾ ਪੁੱਛੇ ਸੁਣਿਆ ਹੋਣਾ ਤੁਸੀਂ ਵੀ ਬਾਪ ਦੀ ਕੋੜ ਕਿਰਲੀ ਤੇ ਸ਼ਤੀਰੀਆਂ ਨੂੰ ਜੱਫੇ, ਠੀਕ ਹੈ। ਇਸ ਭਾਈ ਨੂੰ ਬੰਦਾ ਪੁੱਛੇ ਤੇਰੀ ਔਕਾਤ ਕੀ ਹੋਏ ਸਾਲਿਆ, ਕੁੱਲ ਪਾਕਿਸਤਾਨ ਦੇ ਆ, ਅੱਜ ਅੱਜ ਨਾ ਦੱਕਿਓ, ਅੱਜ ਚਾਚਾ ਦੁੱਕਣਾ ਨਹੀਂ ਜੇ, ਅੱਜ ਚਾਚਾ ਸਿੱਧੀਆਂ ਹੀ ਸੁਣਾਊਂਗਾ। ਯਾਰ ਕੋਈ ਗੱਲ ਆ ਕਰਨ ਵਾਲੀ, ਇਸ ਮੁਲਕ 'ਚ ਕਿਸੇ ਤਰ੍ਹਾਂ ਦਾ ਕੋਈ ਕਾਇਦਾ ਕਾਨੂੰਨ ਹੱਦ ਹੋ ਗਈ ਯਾਰ, ਜਿਸ ਕੁੱਤੇ ਦਾ ਦਿਲ ਕਰਦਾ ਉੱਠ ਕੇ ਅਦਾਰਿਆਂ 'ਤੇ, ਮੁਲਕ ਦੀ ਸਲਾਮਤੀ ਦੇ ਅਦਾਰਿਆਂ 'ਤੇ, ਫੌਜ 'ਤੇ, ISI 'ਤੇ ਭੌਂਕਣਾ ਸ਼ੁਰੂ ਕਰ ਦਿੰਦਾ, ਬਹੁ ਬਹੁ ਕਰਨਾ ਸ਼ੁਰੂ ਕਰ ਦਿੰਦਾ, ਜਿਹੜਾ ਇਹਨਾਂ ਸਾਲਿਆਂ ਨੂੰ ਭੋੜਾ ਕੇ ਹੱਡੀ ਪਾਉਂਦਾ ਉਹਦੀ ਜਨਾਬ ਉਂਗਲ 'ਤੇ ਲੱਗ ਕੇ, ਅੱਜ ਸਿੱਧੀਆਂ ਹੀ ਆ, ਮਾਫ਼ ਕਰਨਾ, ਅੱਜ ਕੋਈ ਲੱਗੀ ਲਿਪਟੀ ਨਹੀਂ ਰੱਖੀ ਜਾਏਗੀ, ਅੱਜ ਚਾਚੇ ਵੱਲੋਂ ਮਾਫ਼ੀ ਦਾ ਖਾਨਾ ਮੁੱਕ ਗਿਆ ਹਮਦ ਮੀਰ ਲਈ। ਹਮਦ ਮੀਰ ਪੁੱਤ, ਤੂੰ ਆਪਣੀ ਔਕਾਤ ਦੱਸ, ਪਹਿਲੇ ਤੇਰੀ ਇੰਨੀ ਔਕਾਤ ਹੈ ਕਿ ਤੂੰ ਪਾਕਿਸਤਾਨ ਦੀ ਫੌਜ ਵਾਲੇ ਅਦਾਰਿਆਂ ਦੇ ਖਿਲਾਫ਼ ਇਸ ਤਰ੍ਹਾਂ ਬਕਵਾਸ ਕਰ ਸਕੇਂ, ਇਹ ਫਰੀਡਮ ਆਫ ਸਪੀਚ ਦਾ ਨਜਾਇਜ਼ ਇਸਤੇਮਾਲ ਹੈ ਮੇਰੇ ਬੇਟੇ, ਠੀਕ ਹੈ, ਔਰ ਨਾ ਜਿਸ ਤਰ੍ਹਾਂ ਤੂੰ ਨਜਾਇਜ਼ ਔਲਾਦ ਹੈ ਕਿਸੇ ਦੀ, ਇਸੇ ਤਰ੍ਹਾਂ ਤੂੰ ਬਕਵਾਸ ਕਰ ਰਿਹਾ, ਤੂੰ ਕਦੀ ਕਿਸੇ ਨੂੰ ਕਿਸੇ ਦਾ ਪਿਓ ਬਣਾ ਰਿਹਾ, ਕਿਸੇ ਨੂੰ ਕਿਸੇ ਦਾ ਪਿਓ ਬਣਾ ਰਿਹਾ, ਤੂੰ ਵਿੱਚ ਕਹਿ ਰਿਹਾ ਕਿ ਬੁਜ਼ਦਿਲ ਔਰ ਬੇਗੈਰਤ, ਬੇਗੈਰਤ ਤੂੰ ਹੈ, ਬੇਗੈਰਤ ਇਨਸਾਨ, ਤੇਰੇ ਨਾਲ ਲੌਂਡੇ ਲਪਾੜੇ ਜਿਹੜੇ ਖੜੇ ਆ ਉਹ ਬਗੈਰਤ ਨੇ। ਚਾਚਾ ਅੱਜ ਖੁੱਲ੍ਹ ਕੇ ਕਹਿ ਰਿਹਾ, ਇਸ ਮੁਲਕ ਤੋਂ ਜਿਹਨੂੰ ਤਕਲੀਫ਼ ਹੈ, ਇਹਦੇ ਅਦਾਰਿਆਂ ਤੋਂ ਜਿਹਨੂੰ ਤਕਲੀਫ਼ ਹੈ, ਆਪਣੀ ਚਿੰਡ ਫੌੜੀ ਚੁੱਕੋ, ਦਫ਼ਾ ਹੋ ਜਾਓ ਇਸ ਮੁਲਕ 'ਚੋਂ ਬਾਹਰ, ਇਸ ਮੁਲਕ 'ਚ ਰਹਿਣ ਦਾ ਕੋਈ ਹੱਕ ਨਹੀਂ ਉਹਨਾਂ ਬੇਗੈਰਤਾਂ ਨੂੰ ਜਿਹੜੇ ਇੱਥੇ ਦਾ ਖਾ ਕੇ ਇੱਥੇ ਦੇ ਵਿੱਚ ਛੇਦ ਕਰਦੇ ਨੇ। ਇਸ ਮੁਲਕ ਦੇ ਨਾਲ ਵਫ਼ਾਦਾਰੀ ਦੂਰ ਦੀ ਗੱਲ ਹੈ, ਤੁਸੀਂ ਤਾਂ ਗੱਦਾਰੀ ਕਰ ਰਹੇ ਹੋ ਮੀਰ ਜਾਫਰ ਔਰ ਮੀਰ ਸਾਦਕ ਦੀ ਔਲਾਦ ਬਣ ਕੇ। ਅਹਿਮਦ ਮੀਰ, ਤੂੰ ਜਿਹੜੀ ਅੱਜ ਬਕਵਾਸ ਕਰ ਛੱਡੀ ਹੈ, ਨਾ ਕਿੰਨਾ ਪੂਰਾ ਪਾਕਿਸਤਾਨ ਸਿਰ 'ਤੇ ਖੜਾ ਹੋ ਕੇ ਥੁੱਕੇ, ਤਦ ਵੀ ਨਹੀਂ ਉਹਦਾ ਜਿਹੜਾ ਨਾ ਉਹ ਦਿੱਤਾ ਦੇਣ ਦਿੱਤਾ ਜਾ ਸਕਦਾ, ਤੂੰ ਐਸਾ ਬੇਗੈਰਤ ਇਨਸਾਨ ਹੈ।
इतनी बेगैरती, तू की तू जनरल रानिया दसेंगा, बेगैरत इंसान तू की दसेंगा, तू तू अपना दस, तेरी अपनी की औकात है, तू कि तू साफी है, तू 2001 च पी आई डी दफ्तर के टुटियां कुर्सियां के उत्ते बगैरतिया लोगों के तरले करता फिरता सी, भुल गया ठीक है, आवाम नू ना मजबूर कर, आवाम भुली नहीं हैगी तेरे जे 5-7-10 लौंडिया लपाड़िया तो, तेरे नाल जड़ियाँ 2-4 कंजरियाँ तुरियाँ फिर दियाँ, अज अज चाचे नू ना रोको, अहमद मीर तू लिमिट क्रॉस की है, यू हैव क्रॉस द ब्लडी रेड लाइन, इस मुल्क के इदारियां ते जिहड़ा भौंकेगा वह कुत्ते की मौत मारा जाएगा, यार तू हद हो गई है भला मेरे नाजरीन, ये देखो क्या पाकिस्तान के इदारे इतने वेले ने कि इस तरह के चंद लौंडियां लपाड़िया के मगर तुरे फिरन, इन्हों जूत मरन लिए तो उन्होंने इश्क करने वाले लोग ही बड़े ने, ज 22 करोड़ आवाम 24 करोड़ आवाम सवाए ताड़े 5-7 सौ हरामदियां नूं छड़ के अपने मुल्क की फौज और ये इदारियां नाल मुहब्बत करती है, इश्क करती है, जो तुहाडे जे बेगैरत लोग इस मुल्क के इदारियां के खिलाफ हरदा सराई करनगे तो फिर गलियां महलियां के मुंडे उठ के तुहानूं जूत फेरनगे, और इस ये तूर तूर साहब का जिहड़ा तुसीं किस्सा बड़े मजे लैके सुना रहे हो और पा उन्हों एजेंसियां ते रहे हो, जनाबी अली वो कुड़ी का किस्सा, कुड़ी नूं हरास किया, कुड़ी के भरावां ने उन्हें कुटिया ठीक है और कुट फंड के चले गए, इहदे च एजेंसी कित्थों आ गई पुत, ठीक है जिहड़ा कुत्ता भौंकदा शुरू हो जांदा एजेंसी ते, माड़ी माड़ी गल एजेंसी ते, तू दस तू जरा अपने टाइमिंग कन्फर्म कर कि उधरों इसराइल की ढोई नूं मिर्चा लगियां, ठीक है इदा ही होएगी अज गल, इसराइल नूं मिर्चा लगियां, इधरों तेनों मिर्चा लगियां, दोनों का बयानिया एक, तू की साबित करना चाहना इस तरह के बयान दे के, इसराइल साइज करना चाहना कि पाकिस्तान साफियां वास्ते गैर महफूज है, नहीं नहीं बेटे साफिया नहीं कुत्तियां कंजरां लई गैर महफूज है, तेरे जिहां लई साफियां वास्ते है ठीक है, फ्रीडम ऑफ स्पीच है, सैकड़ियां हज़ारों साफी इतने बोलते हैं और खुल के बोलते हैं, कढ मीडिया मेन स्ट्रीम मीडिया कढ, यूट्यूब सोशल मीडिया ये वो सारा कढ, जिहदा जो दिल करता है वह बोलेगा और पाकिस्तान के हक च बोलेगा, लेकिन कुत्ते बिले किसी नूं असीं इजाजत नहीं देंगे अहमद मीर कि वह साडे मुल्क दी एजेंसियों के उत्ते भौंके तेरे यार, नाल अपने 2-4 मेरे मुँह अपन खुश होंदा है कोई कंजरियां लैके बक बक करता फिरे, ना इस तरह नहीं होएगी बेटे, गुल्ली डंडे वाली सट्टा मारांगे, जिहड़ा इस मुल्क की सलामती के खिलाफ भौंकेगा वह मुझ किला ठोक देंगे असी, किला मैं सियातन कह रहे हैं बेगैरत इंसान, उधरों इसराइल नूं मिर्चा लगियां, उधरों तेनों मिर्चा लगियां, बयान दोनों का एक, पाकिस्तान ने फरना ठोकिया, इसराइल दी चीकां निकलियां ने उहदे खिलाफ इनकुआरी लगी है, तो तू बड़ा चप टप के बेच इसराइल नूं लैके आ रहा, ठीक है तू है बेटा तू है अजमल कसाब नूं पाकिस्तानी टैररिस्ट साबित करने वाला, तू है गद्दार मीर जाफर मीर पुत्र, मीर जाफर का पुत्र, मीर सादक का पुत्र तू है, तू है तेरा अदारा है कला ही एक ही अमन की आशा, हूँ तू इंडिया ना यारी दियाँ गल्लां करदा, तेनू बहा के उन्होंने गल्लां करनियां ने बेच इसराइल ना, कमीना इंसान बोहतान बंद है, ऐसा तू बेगैरत नस्ल है, तू हर चीज़ एजेंसी से पाई जाना, अपनी पैदाइश भी पा दे एजेंसी से, ऐसी बेगैरती नहीं होनी चाहिए इस मुल्क च, इतनी इजाजत कि जिहदा जो दिल करे इदारियां के खिलाफ बोले, फरना ठोकना चाहिए इन्हों लोगों के मुँह से, उन्होंने शटअप कॉल देनी चाहिए, मैं अपने नाजरीन पुरजोर अपील करदा कि इस तरह के लौंडे लपाड़े बगैर तुम्हें को चुको अपना बोरिया बिस्तर, दफा हो जाओ उन्होंने मुल्कों जिन्हों को डॉलर लैके कुत्ते तरह भौंक दो, जिस मुल्क का खाते हो थाली छेद कर दौ, तेरे से मेजर गौरवारी की फर्क है, दस मैनू वो इंडिया च कुत्ता बह के भौंकद, तू पाकिस्तान च कुत्ता बह के भौंकद, जलील इंसान की तेरी फौज ने भैन कढ ली सी, दस मैनू हद हो गई है, जिसका जो दिल करता है फौज के खिलाफ भौंकेगा, तेरे जे कुत्ते बिल्लिया दादी कोड़ किली नूं फौज इतनी वेली है साड़ी, उन्हें होर कोई काम नहीं कि तेरे जे जुआ के पिछे फिरे फौज, बेगैरत इंसान गल्लां करदा, मैनू नाजरीनो याद आ गया और जंगल च ना एक चूहा नसा भजा फिरदा सी इहदे वर्गा हामिद मीर वर्गा, इधर जा उधर जा, जानवर कट्ठे होके गया, उन्हें कहा चूहे भाई क
ਕੀ ਗੱਲ ਬਣ ਗਈ ਹੈ, ਕਿਉਂ ਪਰੇਸ਼ਾਨ, ਕਿਉਂ ਲੁਕਦਾ ਫਿਰਦਾ? ਅਤੇ ਚੂਹਾ ਪਤਾ ਬਣਾਸ ਮਾਰ ਕੇ ਕਹਿੰਦਾ ਵੀ ਯਾਰ ਜੰਗਲ ਦਾ ਬਾਦਸ਼ਾਹ ਸ਼ੇਰ ਹੈ, ਉਹਦੀ ਘਰ ਦੀ ਨੂੰ ਕਿਸੇ ਨੇ ਛੇੜਿਆ ਅਤੇ ਇਲਜ਼ਾਮ ਮੇਰੇ 'ਤੇ ਲੱਗ ਰਿਹਾ। ਉਹ ਤੇਰੀ ਤੋਂ ਉਸ ਚੂਹੇ ਤੋਂ ਵੀ ਘੱਟ ਟੁੱਕਾ ਅਤੇ ਬਗੈਰ ਸਿਆ, ਔਰ ਤੂੰ ਸ਼ੇਰ ਦੇ ਇਲਜ਼ਾਮ ਲੜਨਾ। ਨਾਜ਼ਰੀਨ, ਚਾਚਾ ਅੱਜ ਜਜ਼ਬਾਤ 'ਚ ਬਹਿ ਗਿਆ, ਇਹ ਪਲੀਜ਼ ਇਹਨਾਂ ਨੂੰ ਸ਼ਟਅਪ ਕਾਲ ਦਿਓ, ਇਹਨਾਂ ਨੂੰ ਦੱਸੋ ਕਿ ਵੀ ਸਟੈਂਡ ਵਿਦ ਆਵਰ ਕੰਟਰੀ, ਵੀ ਸਟੈਂਡ ਵਿਦ ਆਵਰ ਪੈਰਾਮਿਲਟਰੀ ਫੋਰਸਿਸ, ਵੀ ਸਟੈਂਡ ਵਿਦ ਆਵਰ ਇੰਟੈਲੀਜੈਂਸ ਏਜੰਸੀਜ਼। ਸਾਡੇ ਮੁਹਾਫਜ਼ ਨੇ ਤੇਰੇ ਤਰ੍ਹਾਂ ਬੇਗੈਰਤਾ ਡਾਲਰ ਲੈ ਕੇ ਵਿਕਣ ਵਾਲੇ ਨਹੀਂ, ਅਕਾਊਂਟ ਤੂੰ ਕਹਿੰਦਾ ਚੈੱਕ ਕਰੋ ਤੂਰ ਦਾ ਤਾਂ ਉੱਧਰੋਂ ਉਹਦਾ, ਆਪਣੇ ਚੈੱਕ ਕਰ, ਆਪਣੀ ਔਕਾਤ ਦੱਸ, ਤੂੰ ਕੀ ਸੀ, ਕਿਹੜਾ ਤੇਰਾ ਪਿਓ ਪਿੱਛੋਂ ਰਈਸ ਦਾਦਾ ਸੀ, ਅਤੇ ਹੁਣ ਤੇਰੇ ਅਤੇ ਤੇਰੇ ਖਾਨਦਾਨ ਦੇ ਅਸਾਸੇ ਚੈੱਕ ਕੀਤੇ ਜਾਣ, ਤੈਨੂੰ ਮਾਲ ਕਿੱਥੋਂ ਆਉਂਦਾ? ਬੇਗੈਰਤ ਇਨਸਾਨ ਇਸ ਮੁਲਕ ਦਾ ਖਾ ਕੇ ਇਸ ਮੁਲਕ 'ਤੇ ਭੌਂਕਣ ਵਾਲਿਆ, ਇਸੇ ਫੌਜ ਦੀ ਗੋਦ 'ਚ ਪਲਣੇ ਵਾਲਿਆ, ਤੈਨੂੰ ਇਸ ਫੌਜ ਦੇ ਸੋਰਸਿਸ ਨੇ ਕਿੱਥੇ ਕਿੱਥੇ ਪਹੁੰਚਾ ਕੇ ਇੰਟਰਵਿਊ ਕਰਵਾਏ ਨੇ, ਭੁੱਲ ਗਏ? ਔਕਾਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ? ਮੀਰ ਜਾਫਰ ਮੀਰ ਸਾਦਕ ਦੀ ਨਸਲ, ਆਪਣੀ ਪੈਦਾਇਸ਼ ਵੀ ਪਾ ਦੀ ਏਜੰਸੀ 'ਤੇ ਕਿ ਏਜੰਸੀ ਦਾ ਕਾਰਨਾਮਾ ਸੀ, ਏਜੰਸੀ ਨੇ ਗੁੱਸ ਕੇ ਕੀਆ ਥਾ ਤੋ ਮੈਂ ਹੂਆ ਥਾ। ਅੱਜ ਚਾਚਾ ਡੱਕਿਆ ਨਹੀਂ ਜਾਣਾ ਮਾਦਰਤ ਦੇ ਨਾਲ, ਲੇਕਿਨ ਇਹ ਕੋਈ ਹੇਟ ਸਪੀਚ ਨਹੀਂ, ਮੈਂ ਵੀ ਫਿਰ ਫਰੀਡਮ ਆਫ ਸਪੀਚ ਵੱਲ ਜਾ ਰਿਹਾ, ਮੈਨੂੰ ਵੀ ਫਰੀਡਮ ਹੈ ਫਿਰ ਬੋਲਣ ਦਾ, ਕਿ ਜਿਹੜਾ ਮੇਰੇ ਮੁਲਕ ਦੇ ਖਿਲਾਫ ਬੋਲਦਾ ਮੈਂ ਉਸ ਕੁੱਤੇ ਦੀ ਜ਼ਬਾਨ ਬੰਦ ਕਰਦਾ, ਮੈਂ ਉਸ ਕੁੱਤੇ ਦੀ ਜ਼ਬਾਨ ਖਿੱਚ ਲਵਾਂ। ਹੱਦ ਹੁੰਦੀ ਹੈ, ਹੱਦ ਹੁੰਦੀ ਹੈ ਕੋਈ ਬੇਗੈਰਤੀ ਦੀ? ਤੂੰ ਤੇਰੇ ਨਾਲ ਦੇ 5-7 ਸਾਫੀ, ਸੈਂਕੜਿਆਂ ਸਾਫੀ ਨੇ ਇੱਥੇ, ਮੇਰੇ ਆਪਣੇ ਜਾਣਨ ਵਾਲੇ ਕਈ ਬੜੇ ਬੜੇ ਸਾਫੀ ਨੇ, ਦੇਖ ਉਹਨਾਂ ਦੇ ਬਿਆਨੀਏ, ਜਿਸ ਮੁਲਕ ਦੇ ਇਸ ਪੂਰੀ ਦੁਨੀਆ 'ਚ ਕੱਢ ਕੇ ਦੇਖੋ ਯਾਰ, ਸਿਵਾਏ ਪਾਕਿਸਤਾਨ ਤੋਂ ਇਸ ਤਰ੍ਹਾਂ ਦੀ ਬੇਗੈਰਤੀ ਕੋਈ ਸੋਚ ਸਕਦਾ? ਆਪਣੇ ਮੁਲਕ ਔਰ ਆਪਣੀ ਅਸਟੈਬਲਿਸ਼ਮੈਂਟਸ ਔਰ ਆਪਣੇ ਅਦਾਰੇ, ਇਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਹਰਜ਼ਾ ਸਰਾਈ? ਫਰਸਟ੍ਰੇਸ਼ਨ ਇਹ ਹੈ, ਫਰਸਟ੍ਰੇਸ਼ਨ ਹੈ, ਹੁਣ ਕੁੱਤਿਆਂ ਨੂੰ ਸਮਝ ਆ ਗਈ ਹੈ ਕਿ ਇੱਥੋਂ ਹੱਡੀ ਨਹੀਂ ਪੈਣੀ, ਬਾਹਰਲਿਆਂ ਨੇ ਹੱਡੀਆਂ ਦੇਣੀਆਂ ਬੰਦ ਕਰਤੀਆਂ, ਉਹ ਹਿਸਾਬ ਮੰਗਦੇ ਨੇ ਕਿ ਕੀ ਕੀਤਾ ਆਪਣੇ ਮੁਲਕ ਦੇ ਖਿਲਾਫ ਸਾਡੇ ਕਹਿਣ 'ਤੇ, ਹੁਣ ਫਰਸਟ੍ਰੇਟਡ ਹੋ ਕੇ ਕੁੱਤੇ ਜ਼ਿਆਦਾ ਭੌਂਕਣ ਲੱਗ ਪਏ ਨੇ। ਲੇਕਿਨ ਮੇਰੀ ਗੱਲ ਯਾਦ ਰੱਖਿਓ, ਸਾਡੀ ਫੌਜ ਇਤਨੀ ਵਿਹਲੀ ਨਹੀਂ, ਸਾਡੀਆਂ ਏਜੰਸੀਆਂ ਇਤਨੀਆਂ ਵਿਹਲੀਆਂ ਨਹੀਂ ਕਿ ਉਹ ਡੌਗ ਸ਼ੂਟਿੰਗ ਮੁਹਿੰਮ 'ਤੇ ਨਿਕਲਣ, ਲੇਕਿਨ ਹਰ ਪਾਕਿਸਤਾਨੀ ਇੱਕ ਡੌਗ ਸ਼ੂਟਰ ਹੈ, ਔਰ ਹਰ ਉਹ ਕੁੱਤਾ ਜਿਹੜਾ ਇਸ ਮੁਲਕ ਦੇ ਉੱਤੇ ਭੌਂਕੇਗਾ, ਉਹਦੇ ਵਾਸਤੇ ਚਾਚਕ ਕਰਮੂ ਸਮੇਤ ਹਰ ਬੱਚਾ ਡੌਗ ਸ਼ੂਟਰ ਹੈ। ਜ਼ਬਾਨ ਬੰਦ ਕਰਤੀ ਜਾਏਗੀ, ਖਿੱਚਲੀ ਜਾਏਗੀ, ਬੇਗੈਰਤੀ ਬੰਦ ਕਰ। ਇਸ ਤਰ੍ਹਾਂ ਦੇ ਅਲਫਾਜ਼ ਅਗਰ ਤੂੰ ਨੈਕਸਟ ਟਾਈਮ ਇਸਤੇਮਾਲ ਕੀਤੇ, ਚਾਚਾ ਮਜ਼ੀਦ ਸਖਤ ਹੋਏਗਾ, ਔਰ ਚਾਚੇ ਦੇ ਜਿੰਨੇ ਚਾਹਣੇ ਵਾਲੇ ਨੇ ਸਾਰੇ ਸਖਤ ਹੋਣਗੇ। ਖਬਰਦਾਰ, ਕਰਨਾ ਇਸ ਮੁਲਕ ਦਾ ਭਲਾ ਕਰੋ, ਇਹਦਾ ਸੋਚੋ ਬਿਹਤਰੀ ਕਿੱਦਾਂ ਆਏਗੀ, ਸੋਚੋ ਮਹਿੰਗਾਈ ਕਿਸ ਤਰ੍ਹਾਂ ਕੰਟਰੋਲ ਹੋਏਗੀ, ਸੋਚੋ ਬਾਹਰਲੀਆਂ ਸਾਜ਼ਿਸ਼ਾਂ ਦਾ ਕਿੱਦਾਂ ਮੁਕਾਬਲਾ ਕੀਤਾ ਜਾਏਗਾ। ਕਦੀ ਬਕਵਾਸ ਕੀਤੀ ਹੈ ਬੈਰੂਨੀ ਸਾਜ਼ਿਸ਼ਾਂ ਦਾ ਮੁਕਾਬਲਾ ਕਿਵੇਂ ਹੋਏਗਾ? ਤੇਰੇ ਵਾਲਦੈਨ ਇਸਰਾਈਲੀ ਔਰ ਰਾਹ ਵਾਲੇ, ਉਹਨਾਂ ਦੀਆਂ ਕਦੀ ਬੋਲਿਆ ਉਹਨਾਂ 'ਤੇ? ਤੈਨੂੰ ਜਦੋਂ ਭੌਂਕਣ ਦਾ ਮੌਕਾ ਮਿਲਦਾ ਤੂੰ ਆਪਣੇ ਮੁਲਕ 'ਤੇ ਭੌਂਕਦਾ? ਕਦੀ ਉਸ ਆਪਣੇ ਵਾਲਦੈਨ ਦੇ ਖਿਲਾਫ਼ ਨਹੀਂ ਬੋਲਿਆ ਤੂੰ? ਜਦੋਂ ਬੋਲਿਆ ਇਸ ਮੁਲਕ ਦੇ ਖਿਲਾਫ਼ ਬੋਲਿਆ, ਸਾਜ਼ਿਸ਼ੀ, ਚੰਦ ਟੁਕੜਿਆਂ 'ਤੇ ਪਲਣੇ ਵਾਲੇ ਖਾਰਸ਼ ਜ਼ਦਾ ਕੁੱਤੇ, ਇਸ ਤੋਂ ਜ਼ਿਆਦਾ ਮੈਂ ਤੈਨੂੰ ਕੀ ਕਹਾਂ? ਹਾਂ, ਖਬਰਦਾਰ, ਮੈਂ ਆਪਣੇ ਤਮਾਮ ਨਾਜ਼ਰੀਨ ਨੂੰ ਦਰਖਾਸਤ ਕਰਾਂਗਾ ਕਿ ਇਹ ਔਰ ਇਸ ਤਰ੍ਹਾਂ ਦੇ ਜਿਤਨੇ ਵੀ ਬੇਗੈਰਤ ਹੈ ਨੇ, ਨੰਗਾ ਕਰੋ ਸਭ ਨੂੰ। ਇਸ ਮੁਲਕ ਦੇ ਖਿਲਾਫ਼ ਭੌਂਕਣ ਦੀ ਕਿਸੇ ਵੀ ਫਰਜ਼ ਨੂੰ ਇਜਾਜ਼ਤ ਨਹੀਂ ਹੋਣੀ ਚਾਹੀਦੀ। ਸਿਆਸੀ ਇਖਤਲਾਫ਼ ਆਪਣੀ ਜਗ੍ਹਾ 'ਤੇ, ਨੂਨ ਹੈ, ਸ਼ੀਮ ਹੈ, ਕਾਫ ਹੈ, ਪੀ ਟੀ ਆਈ, ਜਮਾਤ ਇਸਲਾਮੀ, ਫਜ਼ਲ ਰਹਿਮਾਨ, ਵਾਟ ਐਵਰ, ਇਹ ਮੁਲਕ ਹੈ ਵੇ ਅਤੇ ਅਸੀਂ ਹੈ ਵਾਂ। ਇਸ ਮੁਲਕ ਜਿਸ ਸਲਾਮਤੀ 'ਤੇ ਕੋਈ ਕੰਪਰੋਮਾਈਜ਼ ਨਹੀਂ। ਤੂੰ ਨਾਮ ਲੈ ਰਿਹਾ ਚੀਫ ਆਫ ਆਰਮੀ ਸਟਾਫ ਦਾ, ਤੂੰ ਨਾਮ ਲੈ ਰਿਹਾ ਏਜੰਸੀਆਂ ਦਾ, ਬੇਗੈਰਤ ਇਨਸਾਨ, ਇਹ ਸਾਡੇ ਮੁਲਕ ਦੇ ਮੁਹਾਫਜ਼ ਨੇ, ਕੋਈ ਇਹਨਾਂ ਕੋਲ ਇਤਨਾ ਟਾਈਮ ਨਹੀਂ ਹੈਗਾ ਕਿ ਤੇਰੇ ਜਾਏ ਕੁੱਤਿਆਂ ਦੇ ਮਗਰ ਤੁਰੇ ਫਿਰ, ਔਰ ਤੇਰੇ ਨਾਲ ਲਾਉਂਡੇ ਲਪਾੜੇ ਜਿਹੜੇ, ਇਹਨਾਂ ਦੇ ਮਗਰ ਏਜੰਸੀਆਂ ਇਤਨੀਆਂ ਵਿਹਲੀਆਂ ਨਹੀਂ ਹੈਗੀਆਂ ਸਾਡੀਆਂ ਏਜੰਸੀਆਂ, ਤੇਰੇ ਵਾਸਤੇ ਗਲੀ ਦੇ ਮੁੰਡੇ ਹੀ ਬੜੇ ਨੇ ਜਿੱਦਾਂ ਛਿੱਤਰ ਮਾਰ ਕੇ ਚਲੇ ਜਾਂਦੇ ਨੇ, ਗੋਲੀ ਖਾਧੀ ਅਤੇ ਜੇ ਕੀਤਾ, ਤਾਂ ਤੂੰ ਆਪਣੀ ਕੋਈ ਇੱਕ ਕਾਰਨਾਮਾ ਦੱਸ ਜਿਹੜਾ ਤੂੰ ਪਾਕਿਸਤਾਨ ਵਾਸਤੇ ਕੀਤਾ, ਉਹਨਾਂ ਲੋਕਾਂ ਦੇ ਉੱਤੇ ਉਂਗਲੀ ਉਠਾਉਣਾ ਜਿਹਨਾਂ 70-75 ਹਜ਼ਾਰ ਲਾਸ਼ ਚੁੱਕੀ ਹੈ, ਜਿਹੜੇ ਕੁਰਬਾਨੀਆਂ ਦਿੰਦੇ ਨੇ, ਜਿਹੜੇ ਇਸ ਮੁਲਕ ਤੂੰ ਸੌਣਾ ਅਤੇ ਉਹ ਪਹਿਰੇਦਾਰੀ ਕਰਦੇ ਨੇ, ਉਹਨਾਂ ਕੋਲ ਇੰਨਾ ਟਾਈਮ ਹੈ ਕਿ ਤੇਰੀ ਮੇਰੇ ਮੂੰਹ ਹੁਣ ਸੁਣਦਾ ਕਿ ਤੇਰੇ ਜਾਂ ਕੁੱਤੇ ਬਿੱਲੇ ਦੇ ਮਗਰ ਤੁਰੇ ਫਿਰ?
ਖੁਦਾ ਦਾ ਵਾਸਤਾ ਨਾਜ਼ਰੀਨ, ਇਸ ਤਰ੍ਹਾਂ ਦੇ ਕੁੱਤਿਆਂ ਬਿੱਲਿਆਂ ਨੂੰ ਡਿਸਕਰੇਜ ਕਰੋ, ਹਰ ਪਲੇਟਫਾਰਮ 'ਤੇ ਡਿਸਕਰੇਜ ਕਰੋ, ਚਾਚੇ ਦਾ ਮੈਸੇਜ ਫੈਲਾਓ, ਇਸ ਬੇਗਰਤ ਤੱਕ ਪਹੁੰਚਣਾ ਚਾਹੀਦਾ ਔਰ ਇਹਨੂੰ ਪਤਾ ਲੱਗੇ ਕਿ ਪਾਕਿਸਤਾਨ ਦਾ ਹਰ ਬੱਚਾ ਔਰ ਹਰ ਬਜ਼ੁਰਗ ਸਮੇਤ ਚਾਚੇ ਕਰਮੂ ਨਫ਼ਰਤ ਕਰਦਾ ਹੈ ਔਰ ਉਸ ਇਨਸਾਨ ਦੇ ਨਾਲ ਜਿਹੜਾ ਪਾਕਿਸਤਾਨ ਔਰ ਉਹਦੀ ਸਲਾਮਤੀ ਦੇ ਅਦਾਰਿਆਂ ਦੇ ਖਿਲਾਫ਼ ਬਕਵਾਸ ਕਰੇਗਾ। ਮੈਂ ਐਲਾਨ ਕਰਦਾ, ਆਈ ਸਟੈਂਡ ਵਿਦ ਪਾਕਿਸਤਾਨ, ਆਈ ਸਟੈਂਡ ਵਿਦ ਪਾਕਿਸਤਾਨ ਮਿਲਟਰੀ ਫੋਰਸਿਸ, ਆਈ ਸਟੈਂਡ ਵਿਦ ISI ਐਂਡ ਅਗਲੀ ਗੱਲ ਮੈਂ ਤੈਨੂੰ ਕਹਿਣੀ ਨਹੀਂ ਹੈ। ਮੈਂ ਹਰ ਉਸ ਬੰਦੇ ਨੂੰ ਠੋਕ ਕੇ ਰੱਖ ਦਿਆਂਗਾ ਜਿਹੜਾ ਪਾਕਿਸਤਾਨ ਦੀ ਸਲਾਮਤੀ ਔਰ ਇਹਦੇ ਅਦਾਰਿਆਂ ਦੇ ਖਿਲਾਫ਼ ਕੁੱਤੇ ਤਰ੍ਹਾਂ ਪਹੁੰਚੇਗਾ। ਨਾਜ਼ਰੀਨ, ਇਹ ਮੇਰਾ ਪੈਗਾਮ ਪਹੁੰਚਾਓ, ਵਿਸਾਖ TV ਨੂੰ ਸਬਸਕ੍ਰਾਈਬ ਵੀ ਕਰ ਲਓ, ਸ਼ੇਅਰ ਵੀ ਕਰ ਲਓ, ਇਹਨੂੰ ਇੰਨਾ ਸ਼ੇਅਰ ਕਰੋ ਕਿ ਉਸ ਬਕਰਤ ਦੇ ਮੂੰਹ 'ਤੇ ਵੱਜੇ ਜਾ ਕੇ ਵੀਡੀਓ ਇਹ। ਹੁਣ ਪਤਾ ਲੱਗਿਆ ਕਿ ਪਾਕਿਸਤਾਨ ਦੇ ਬਜ਼ੁਰਗ ਉਹਦੇ ਨਾਲ ਕਿਤਨੀ ਨਫ਼ਰਤ ਕਰਦੇ ਨੇ ਇਸ ਗੱਲ ਤੋਂ। ਆਪਣਾ ਖਿਆਲ ਰੱਖਿਓ, ਗਰਮੀ ਬੜੀ, ਜੇ ਮੁੜ ਕੇ ਆਉਂਦੇ ਆ ਫਿਰ ਕਿਤੇ ਸਹੀ। ਆਪਣਾ ਖਿਆਲ ਰੱਖਿਓ, ਵੀ ਚੱਲਦਾ ਮੈਂ, ਅੱਲਾ ਹਾਫਿਜ਼।